ਹਾਂਜੀ ਸਾਰਿਆਂ ਨੂੰ ਨਮਸਤੇ ਆਪਣੇ ਮਾਂਚਲੀ YouTube ਚੈਨਲ ਵਿੱਚ ਤੁਹਾੰਦਾ ਬੜਾ ਬੜਾ ਸਵਾਗਤ ਹੈ ਅੱਜ ਦੇ ਖਾਜ ਲਈਏ ਬਣਾਣਾ ਫ੍ਰੈਂਚ ਬੀਨਸ ਯਾਨੀ ਕਿ ਫਰਾਸ ਬੀਨ ਦੀ ਸੁੱਕੀ ਸਬਜੀ ਆਲੂਆਂ ਸੋਗੀ ਕਨੇ ਸਬਜੀ ਖਾਣੇ ਬੜੀ ਸਵਾਦ ਲੱਗਦੀ ਰੋਟੀਆਂ ਪਰਾਂਠੇ ਕਨੇ ਖਾ ਮਜ਼ਾ ਆ ਜਾਂਦਾ ਖਾਣੇ ਦਾ ਕਨੇ ਬਣੀ ਵੀ ਜੱਟ ਜਾਂਦੀ ਤੇ ਚੱਲਾ ਸ਼ੁਰੂ ਕਰਦੇ ਬਣਾਣਾ ਸਬਜੀ ਤੇ ਦੇਖਾ ਫਰਾਸ ਬੀਨ ਦੀ ਸਬਜੀ ਬਣਾਉਣੇ ਤੇ ਮੈਂ 1/2 ਕਿਲੋ ਫਰਾਸ ਬੀਨ ਲੇਵਾਂ ਕਨੇ ਇਹਨਾਂ ਨੂੰ ਜਦੋਂ ਹੀ ਘਰੀ ਇਹਦੇਖਾ ਛੋਟੇ ਛੋਟੇ ਟੁਕੜੇ ਚ ਕੱਟੀ ਲਿਆ ਤੁਹਾਂ ਦੇਖੀ ਸਕਦੇ ਆ ਨਾ ਤਾਂ ਚੱਲਾ ਸ਼ੁਰੂ ਕਰਦੇ ਹੁਣ ਤੜਕਾ ਲਗਾਣਾ ਤੇ ਦੇਖਾ ਸਬਜ਼ੀਏ ਤੜਕਾ ਲਗਾਣੇ ਤੇ ਇਹ ਕੜਾਹਟੂ ਰੱਖੀ ਤੇ ਐਸਾ ਪਰ ਕਨਿਸ਼ ਤੇ ਦੋ ਚਮਚ ਤੇਲੇ ਦੇ ਪਾਈਏ ਨੇ ਨਾ ਇਹ ਦੇਖਾ ਤੇਲ ਵਧੀਆ ਗਰਮ ਹੋਈ ਐ ਤੂੰ ਇਸ ਚ ਇੱਕ ਚਮਚ ਜੀਰਾ ਪਾਈਏਣਾ ਕਨ ਜੀਰਾ ਭੁੰਨਣਾ ਦੇਣਾ ਵਧੀਆ ਕਰੀ ਇਹ ਦੇਖਾ ਜੀਰਾ ਵਧੀਆ ਤੜਕਾ ਦਾ ਕਨਿਸ਼ ਹੁਣ ਇੱਕ ਚੁਟਕੀ ਹਿੰਗੇ ਦੀ ਪਾਈ ਜਾਣੀ ਐ ਇਹ ਦੇਖਾ ਇਹ ਵੀ ਤੇਲੇ ਚ ਵਧੀਆ ਫਰਾਈ ਕਰ ਲੈਣਾ ਕਨ ਅੱਧਾ ਚਮਚ ਹਲਦੀ ਪਾਈਏਣਾ ਇੱਕ ਚਮਚ ਬੀਨੇ ਦਾ ਪਾਊਡਰ ਪਾਈਏਣਾ ਇਹ ਦੇਖਾ ਕਨ ਅੱਧਾ ਚਮਚ ਲਾਲ ਮਿਰਚ ਪਾਊਡਰ ਪਾਈਏਣਾ ਤੇ ਮਿਰਚ ਤੁਹਾ ਆਪਣੇ ਸਵਾਦ ਅਸਾਬੇ ਪਾਈ ਸਕਦੇ ਜਿੰਨੀ ਤੁਹਾਂ ਮਤਲਬ ਤਿੱਖਾ ਖਾਣਾ ਪਸੰਦ ਕਰਦੇ ਕਨ ਵਧੀਆ ਕਰੀਏ ਸਾਰੇ ਮਸਾਲੇ ਤੇਲੇ ਚ ਬੁੰਨੀ ਲੈਣੇ ਹਨ ਤੇ ਇਹ ਦੇਖਾ ਮਸਾਲੇ ਵਧੀਆ ਫਰਾਈ ਕਰ ਲੈਣ ਤੇਲੇ ਚ ਕਨ ਉਸੇ ਦੇਖਾ ਫਰਾਂਸ ਬੀਨਸ ਪਾਈਏ ਨੇ ਇਹ ਦੇਖਾ ਕੰਨੇ ਸੁੱਕੀ ਆਲੂ ਪਾਈ ਜਣਾ ਤਾਂ 2 ਤੇ 3 ਆਲੂ ਛੋਟੇ ਛੋਟੇ ਕਯੂਬਸ ਚ ਕੱਟੀ ਲਿਓ ਨਾ ਕੰਨੇ ਸਵਾਦ ਅਨੁਸਾਰੇ ੂਣ ਪਾਈ ਜਣਾ ਕੰਨੇ ਬਧੀਏ ਕੀ ਇਹ ਸਾਰੀਆਂ ਚੀਜ਼ਾਂ ਮਿਕਸ ਕਰ ਲੈਣੀਆਂ ਨ ਮਸਾਲੇ ਚ ਬੀਨਸ ਆਲੂ ਮਸਾਲੇ ਇਹ ਦੇਖਾ ਕੰਨੇ ਜੇ ਸੁੱਕੀ ਸਬਜੀ ਬਣਦੀ ਏ ਬੜੀ ਸਵਾਦ ਲੱਗਦੀ ਜੇ ਰੋਟੀਆਂ ਆ ਪ੍ਰਾਠੇ ਕੰਨੇ ਖਾ ਮਜ਼ਾ ਆਈ ਜਾਂਦਾ ਖਾਣੇ ਦਾ ਕੰਨੇ ਬਣੀ ਵੀ ਜੱਟ ਜਾਂਦੀ ਕਨ ਸਬਜੀ ਪਕਾਣੇ ਤੇ ਐਕਸਟਰਾ ਪਾਣੀ ਪਾਣੇ ਦੀ ਬਿਲਕੁਲ ਜ਼ਰੂਰਤ ਨਹੀਂ ਹੈ ਇਸ ਤੇ ਆਪਣਾ ਕਾਫੀ ਮੋਇਸਚਰ ਹੁੰਦਾ ਤਾਂ ਇਸ ਚੀ ਹਾਂ ਇਹ ਸਬਜੀ ਪਕਾਣੀ ਹੈ ਤਾਂ ਦੇਖਾ ਸਾਰੇ ਮਸਾਲੇ ਵਧੀਆ ਕਰੀ ਸਬਜੀਏ ਚ ਮਿਕਸ ਕਰ ਲੈਣ ਕਨ ਹੁਣ ਢੱਕਣ ਢਕੀ ਜਣਾ ਕਨ ਲਗਭਗ 8 ਤੇ 10 ਮਿੰਟ ਦੇ ਅੰਦਰ ਇਹ ਸਬਜੀ ਤਿਆਰ ਹੋ ਜਾਂਦੀ ਹੈ ਕਨ ਵਿੱਚ ਵਿੱਚ ਦਿਖਦੇ ਰਹਿਣਾ ਦੋ ਤਿੰਨ ਮਿੰਟ ਬਾਅਦ ਇਹ ਕ ਢੱਕਣ ਢਕੀ ਤਾਂ ਦੇਖਾ ਸਬਜੀ ਪਕਦੇ ਹੋ ਲਗਭਗ 2 ਤੇ 3 ਮਿੰਟ ਹੋ ਜਾਂਨ ਕਨੇ ਉਹਨਾਂ ਸਬਜ਼ੀਆਂ ਦੇਖੀ ਲੈਂਦੇ ਨਾ ਤੇ ਦੇਖਾ ਸਬਜ਼ੀਆਂ ਚ ਕਿਤਨਾ ਪਾਣੀ ਛੁੱਟਿਆ ਹਾਂ ਕੋਈ ਪਾਣੀ ਨਹੀਂ ਪਾਇਆ ਫਿਰ ਵੀ ਕਾਫੀ ਮੋਇਸਚਰ ਛੁੱਟਿਆ ਤੇ ਇਸ ਚ ਬੜੀ ਗੱਲ ਸਬਜੀ ਪੱਕੀ ਜਾਂਦੀ ਏ ਤੇ ਬਹਲਾ ਮਿਕਸ ਕਰੀ ਜਾਣੀ ਏ ਸਬਜੀ ਮੇਰੀ ਕਨੇ ਬਰੀ 2 ਤੇ 3 ਮਿੰਟ ਬਾਅਦ ਦਿਖਣੀ ਹਾਂ ਕਨੇ ਗੈਸ ਦੀ ਫਲੇਮ ਜਿਹੜੀ ਏ ਲੋ ਤੇ ਮੀਡੀਅਮ ਹੀ ਰੱਖਣੀ ਏ ਹਾਈ ਫਲੇਮ 'ਚ ਨਹੀਂ ਪਕਾਣੀ ਏ ਸਬਜੀ ਤੇ ਦੇਖਾ ਬਿਰੀ ਢੱਕਣ ਢੱਕੀ ਏ ਨਾ ਕਨੇ 2 ਤੇ 3 ਮਿੰਟ ਬਾਅਦ ਬਿਰੀ ਚੈੱਕ ਕਰਨੀ ਏ ਤੇ ਇਹ ਦੇਖਾ ਸਬਜੀ ਪਕਦੇ ਪਕਦੇ علاوہ ਗ 6 7 7 ਮਿੰਟ ਹੋ ਜਾਣ ਕਨੇ ਦੇਖਾ ਆਲੂ ਵੀ ਲੈ ਪੈ ਨੇ ਸੌਫਟ ਹੋਣਾ ਤੁਹਾਂ ਦੇਖੀ ਸਕਦੇ ਹੋ ਜਿੰਨਾ ਪਾਣੀ ਥਾ ਛੁੱਟਿਆ ਸਬਜੀ ਦਾ ਸਾਰਾ ਉਡੀਆ ਮਤਲਬ ਐਬਜ਼ਾਰਬ ਹੋਈ ਹੈ ਕਨੇ ਦੇਖਾ ਕਿਤਨੀ ਬਧੀਆ ਸਬਜੀ ਲੱਗਾ ਦੀ ਹੈ ਤਾਂ ਹੁਣ ਇਸ ਤਿੰਨ ਆਹ ਟਮਾਟਰ ਨਹੀਂ ਪਾਇਓ ਨਾ ਤਾਂ ਇਸ ਤਿੰਨ ਵਿੱਚ ਇਸ ਪਾਣਾ ਲਗਿਆ ਇੱਕ ਚਮਚ ਅਮਚੂਰੇ ਦਾ ਇਸਨੇ ਬੜਾ ਵਧੀਆ ਸਵਾਦ ਵੀ ਆਈ ਜਾਂਦਾ ਕਨੇ ਸਬਜੀ ਬਹੁਤ ਟੇਸਟੀ ਹੋ ਜਾਂਦੀ ਇਹ ਦੇਖਾ ਤਾਂ ਅਗਰ ਤੁਹਾਨੂੰ આમਚੂਰ ਪਾਊਡਰ ਨਹੀਂ ਤਾਂ ਤੁਹਾਨੂੰ ਨਿੰਬੂ ਦਾ ਰਸ ਵੀ ਪਾਈ ਸਕਦੇ ਅਗਰ ਟਮਾਟਰਾਂ ਤਾਂ ਸਭ ਵੀ ਪਾਈ ਸਕਦੇ ਸੇ ਤੋਂ ਹੰਦੇ ਉੱਪਰ ਹੈ ਤੇ ਇਹ ਦੇਖਾ આમਚੂਰ ਪਾਈ ਤਾਂ ਕੰਨ ਵਧੀਆ ਕੀ ਮਿਕਸ ਕਰੀਏ ਨਾ ਕਨ 2 ਤੇ 3 ਮਿੰਟ ਹੋਰ ਹਾਂ ਸਬਜੀ ਪਕਾਈ ਲੈਣੀ ਤਾਂ ਕਿ આમਚੂਰੇ ਦਾ ਜਿਹੜਾ ਸਵਾਦ ਹੈ ਸਬਜੀ ਚ ਵਧੀਆ ਕਰ ਆਈ ਜਾਂ ਤੇ ਇਹ ਦੇਖਾ ਬਰੀ ਢੱਕਣ ਢੱਕੀਏ ਨਾ ਕਨ 2 ਤੇ 30 ਮਿੰਟਾਂ ਬਾਅਦ ਚੈੱਕ ਕਰਨੀ ਹੈ ਸਬਜੀ ਤਾਂ ਇਹ ਦੇਖਾ આમਚੂਰ ਪਾਈ ਕੀ ਸਬਜੀ ਨੂੰ ਮੈਂ ਹੋਰ 2 ਤੇ 3 ਮਿੰਟ ਪਕਾਈ ਲਿਆ ਕਨ ਲਗਾ 8 ਤੇ 10 ਮਿੰਟ ਹੋ ਜਾਣ ਟੋਟਲ ਕਨ ਹੰਦੇ ਹੁਣ ਇਹ ਸਬਜੀ ਤਿਆਰ ਹੋਈ ਹੈ ਇਹ ਵਧੀਆ ਕਰੀ ਦਿਖ ਸਕਦੇ ਹਾਂ ਕਿੰਨੀ ਵਧੀਆ ਲੱਗਾ ਦੀ ਹੈ ਆਲੂ ਵੀ ਵਧੀਆ ਪੱਕੀ ਹਨ ਬੀਨਸ ਵੀ ਹਲਕੇ ਕਰੰਚੀ ਹਨ ਤੇ ਇਹਦੇ ਵਧੀਆ ਲੱਗਦੇ ਤਾਂ ਇਹ ਸਬਜੀ ਖਾਣੇ ਲਈ ਬਿਲਕੁਲ ਤਿਆਰ ਹੈ ਤਾਂ ਹੁਣ ਮੈਂ ਇਸਾ ਇੱਕ ਸਰਵਿੰਗ ਪਲੇਟਾ ਚ ਕੱਢੀ ਲੈਂਦਾ ਹੈ ਤੇ ਦੇਖਾ ਗਰਮਾ ਗਰਮ ਸਬਜੀ ਤਿਆਰ ਹੈ ਖਾਣੇ ਲਈ ਹੈ ਤਾਂ ਐਸਾ ਜੋ ਰੋਟੀਆਂ ਕੰਨੇ ਖਾ ਪ੍ਰਾਠੇ ਕੰਨੇ ਖਾ ਬੜੀ ਸਵਾਦ ਲੱਗਦੀ ਕੰਨੇ ਟਿਫਿਨ ਬਾਕਸ ਲੰਚ ਬਾਕਸ ਲਈ ਵਧੀਆ ਆਪਸ਼ਨ ਹੈ ਤਾ ਕਮੈਂਟ ਕਰਕੇ ਜਰੂਰ ਦੱਸਨੇ ਕਿ ਤੁਹਾਨੂੰ ਜੋ ਫਰਾਸ ਮੀਨਸ ਕਨਾਲ ਹੋਈ ਦੀ ਸੁੱਕੀ ਸਬਜੀ ਕਦੇ ਲੱਗੀ ਹੈ ਕਹਿੰਦੇ ਆਪਣਾ ਹੀ ਮਾਂਚਲੀ YouTube ਚੈਨਲ ਹੈ ਸਬਸਕ੍ਰਾਈਬ ਵੀ ਕਰ ਲੈਣਾ ਤਾਂ ਬੇਰੀ ਮਿਲਦੇ ਨੇ ਇੱਕ ਨਵੀਂ ਵੀਡੀਓ ਚ ਤੁਹਾੰਦਾ ਵੀਡੀਓ ਦੇਖਣੇ ਤੇ ਹੀ ਬੜਾ ਬੜਾ ਧੰਨਵਾਦ